ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਪ੍ਰਗਟ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਉੱਚੇ ਸੁੱਚੇ ਅਸੂਲ ਬਖਸ਼ਿਸ਼ ਕਰਨਾ ਕੀਤੇ, ਆਤਮਾ ਨੂੰ ਜਗਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਅਤੇ ਜਗਾ ਕਰਕੇ ਸਾਧ ਸੰਗਤ ਦੀ ਐਸੀ ਵੀਰਤਾ ਐਸੀ ਸੋ ਸੂਰਮਗਤੀ ਸਿੱਖ ਦੇ ਵਿੱਚ ਭਰ ਦਿੱਤੀ ਕਿ ਅੱਜ ਤੱਕ ਸਾਧ ਸੰਗਤ ਦੀ ਜਿਹੜੀਆਂ ਸਾਰੀਆਂ ਕੌਮਾਂ ਨੇ ਜਦੋਂ ਮੁਤਾਲਿਆ ਕਰਦੀਆਂ ਹੈ, ਸਰਵੇਖਣ ਕਰਦੀਆਂ ਕਿ ਬਹਾਦਰ ਜਰਨੈਲ ਕੌਣ ਹੋਇਆ ਹੈ, ਅਤੇ ਸਾਧ ਸੰਗਤ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਦਾ ਸਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਉੱਚਾ ਹੁੰਦਾ ਵਰਲਡ ਦੇ ਵਿੱਚ। ਜਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਇਹਨਾਂ ਨੇ ਆਸਟ੍ਰੇਲੀਆ ਦੇ ਇੱਕ ਮੈਗਜ਼ੀਨ ਨੇ ਜਦੋਂ ਸਾਰੇ ਵਰਲਡ ਦੇ ਜਿੰਨੇ ਵੱਡੇ ਵੱਡੇ ਜਿਹੜੇ ਜਰਨੈਲ ਹੋਏ ਹਨ ਉਹਨਾਂ ਦੇ ਬਾਰੇ ਜਦੋਂ ਵੇਖਿਆ ਤਾਂ ਸਭ ਤੋਂ ਵੱਡਾ ਜਰਨੈਲ ਬਹਾਦਰੀ ਦਾ ਕਿਤਾਬ ਕਿਹਨੂੰ ਮਿਲਿਆ ਹੈ? ਸਰਦਾਰ ਹਰੀ ਸਿੰਘ ਨਲੂਏ ਨੂੰ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ੀ ਰਹਿਮਤ ਹੈ। ਐਸੇ ਸੂਰਬੀਰ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੰਥ ਦੇ ਵਿੱਚ ਪ੍ਰਗਟ ਹੋਏ ਜਿਨ੍ਹਾਂ ਨੇ ਖਾਲਸਾਈ ਨਿਸ਼ਾਨ ਨੂੰ ਬੁਲੰਦ ਕੀਤਾ ਅਤੇ ਦੂਰ ਦੂਰ ਤੱਕ ਚਲਾ ਦਿੱਤਾ। ਐਸਾ ਇਲਾਕਾ ਅਫਗਾਨਿਸਤਾਨ ਦੇ ਵਿੱਚ ਪੈਂਦਾ ਜਿਹਨੂੰ ਅੱਜ ਤੱਕ ਅਮੈਰੀਕਾ ਵੀ ਜਿੱਤ ਨਹੀਂ ਸਕਿਆ, ਉੱਥੇ ਵੀ ਗੁਰੂ ਕੇ ਖਾਲਸੇ ਨੇ ਖਾਲਸਾਈ ਨਿਸ਼ਾਨ ਚਲਾਏ। ਸੋ ਸਾਧ ਸੰਗਤ ਜੀ, ਮੇਰਾ ਅੱਜ ਵਿਸ਼ਾ ਹੈ ਖਾਲਸੇ ਦਾ ਨਿਸ਼ਾਨ ਸਾਹਿਬ ਹੈ, ਉਹ ਤੋਂ ਸਾਨੂੰ ਕੀ ਸਿੱਖਿਆ ਮਿਲਦੀ, ਉਹ ਕਾਹਦਾ ਪ੍ਰਤੀਕ ਹੈ ਅਤੇ ਸਾਨੂੰ ਕਿਵੇਂ ਸਤਿਕਾਰ ਕਰਨਾ ਚਾਹੀਦਾ ਹੈ। ਜਿੰਨੀ ਕਿ ਤੁਸ਼ ਬੁੱਧੀ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਸੋ ਸਾਧ ਸੰਗਤ ਜੀ, ਜਦੋਂ ਨਿਸ਼ਾਨ ਝੁਲਦਾ ਹੈ ਗੁਰਦੁਆਰਾ ਸਾਹਿਬ ਵਿਖੇ, ਜਦੋਂ ਨਿਸ਼ਾਨ ਝੁਲਦਾ ਹੈ ਦੂਰਾਂ ਤੋਂ ਦਿਸਦਾ ਹੈ, ਇੰਡੀਆ ਦੇ ਵਿੱਚ ਤਾਂ 300-300 ਫੁੱਟ ਵੀ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਨੇ, ਕਿਉਂਕਿ ਕਿੰਤੂ ਪਰੰਤੂ ਵੀ ਕਰਦੇ ਕਿ ਇੰਨੇ ਉੱਚੇ ਨਿਸ਼ਾਨ ਸਾਹਿਬ ਕਿਉਂ ਝੁਲਾਏ ਜਾਂਦੇ ਹੈ। ਇਹ ਸਾਧ ਸੰਗਤ ਜੀ, ਜਿਹੜੀਆਂ ਜਿਉਂਦੀਆਂ ਕੌਮਾਂ ਹੁੰਦੀਆਂ ਉਹਨਾਂ ਦੀ ਨਿਸ਼ਾਨ ਜਿਹੜਾ ਝੰਡਾ ਹੈ ਉਹਨਾਂ ਦਾ ਝੁਲਿਆ ਕਰਦਾ, ਜਿਹੜੀਆਂ ਕੌਮਾਂ ਮਰ ਜਾਂਦੀਆਂ ਉਹਨਾਂ ਦਾ ਕਦੀ ਨਿਸ਼ਾਨ ਨਹੀਂ ਝੁਲਿਆ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਜੋ ਨਿਸ਼ਾਨ ਬਖਸ਼ਿਸ਼ ਕਰਨਾ ਕੀਤਾ, ਗੁਰੂ ਕੇ ਸਿੱਖਾਂ ਨੇ ਆਪਣੀ ਜਾਨ ਦੀ ਆਹੂਤੀਆਂ ਦੇ ਕਰਕੇ ਇਸ ਨੂੰ ਉੱਚਾ ਅਤੇ ਸੁੱਚਾ ਰੱਖਿਆ ਹੈ। ਜਦੋਂ ਲਹਿਰਾਉਂਦਾ ਦਿਸਦਾ ਦੂਰੋਂ ਅਤੇ ਸਾਧ ਸਿੰਘ ਜੀ ਉਹ ਇੰਡੀਕੇਸ਼ਨ ਦੇ ਰਿਹਾ ਹੈ ਕਿ ਇਹ ਇਸ ਸਥਾਨ 'ਤੇ ਆਉਣ ਕਰਕੇ ਤੁਹਾਨੂੰ ਨਿਵਾਜਿਆ ਜਾਏਗਾ, ਗਰੀਬਾਂ ਨੂੰ ਨਿਵਾਜਿਆ ਜਾਏਗਾ, ਇਸ ਅਸਥਾਨ 'ਤੇ ਮਜ਼ਲੂਮਾਂ ਦੀ ਰਾਖੀ ਹੋਏਗੀ, ਇਸ ਅਸਥਾਨ 'ਤੇ ਜੇ ਕੋਈ ਢਿੱਡੋਂ ਭੁੱਖਾ ਆਏਗਾ ਤਾਂ ਉਸਨੂੰ ਰੋਟੀ ਮਿਲੇਗੀ, ਜਿਹੜੀ ਜ਼ਮੀਰ ਜਿਹਦੀ ਮਰ ਚੁੱਕੀ ਹੈ ਉਹ ਜੇ ਇਸ ਅਸਥਾਨ 'ਤੇ ਆਏਗਾ ਉਹਦੀ ਜ਼ਮੀਰ ਜਾਗ ਪਏਗੀ, ਉਹਦੇ ਵਿੱਚ ਫਿਰ ਚਿੜੀਆਂ ਸੋ ਮੈਂ ਬਾਜ ਲੜਾਊਂ, ਗਿੱਦੜੋਂ ਛੇ ਮੈਂ ਸ਼ੇਰ ਮਰਾਊਂ, 1.25 ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਂ, ਉਹ ਜਿਹੜੀ ਹਾਲਤ ਹੈ ਉਹਦੀ ਪੈਦਾ ਹੋ ਜਾਏਗੀ ਜਿਹੜਾ ਇਸ ਨਿਸ਼ਾਨ ਸਾਹਿਬ ਦੇ ਥੱਲੇ ਆ ਜਾਏਗਾ। ਅਤੇ ਸਾਧ ਸਿੰਘ ਜੀ, ਆਪਾਂ ਵੇਖਦੇ ਹਾਂ ਵੱਖ ਵੱਖ ਦੇਸ਼ਾਂ ਦੇ ਝੰਡੇ, ਵੱਖ ਵੱਖ ਕੌਮਾਂ ਦੇ ਝੰਡੇ, ਅਤੇ ਝੰਡੇ ਦੇ ਵਿੱਚ ਕੋਈ ਸ਼ਸਤਰ ਲੱਗਾ ਕਦੀ ਵੇਖਿਆ ਅਸੀਂ? ਕਿਸੇ ਵੀ ਕੌਮਾਂ ਦਾ ਝੰਡਾ ਵੇਖ ਲਈਏ, ਸੋ ਕਿਸੇ ਵੀ ਦੇਸ਼ਾਂ ਦਾ ਝੰਡਾ ਵੇਖ ਲਈਏ, ਸ਼ਸਤਰ ਨਹੀਂ ਲੱਗਾ ਹੁੰਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਇਹ ਨਿਸ਼ਾਨ ਸਾਹਿਬ ਬਖਸ਼ਿਆ ਹੈ ਇਹਦੇ ਵਿੱਚ ਸਾਧ ਸੰਗਤ ਜੀ ਨਾਲ ਉੱਪਰ ਖੰਡਾ ਲੱਗਾ ਹੋਇਆ ਹੈ ਅਤੇ ਨਾਲ ਝੰਡਾ ਲੱਗਾ, ਦੋ ਚੀਜ਼ਾਂ ਨੇ। ਅਤੇ ਹੁਣ ਅਸੀਂ ਕਈ ਵਾਰ ਕਹਿ ਦਿੰਦੇ ਕਿ ਇਹਦਾ ਸਤਿਕਾਰ ਕਰਨਾ ਚਾਹੀਦਾ ਕਿ ਨਹੀਂ, ਨਮਸਕਾਰ ਕਰਨੀ ਚਾਹੀਦੀ ਹੈ ਕਿ ਨਹੀਂ, ਕਿਉਂਕਿ ਸਾਧ ਸੰਗਤ ਜੀ ਗੁਰੂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਣਾ ਹੈ, ਪਰ ਆਪਣੇ ਝੰਡੇ ਦਾ ਵੀ, ਆਪਣੇ ਖਾਲਸਾਈ ਨਿਸ਼ਾਨ ਦਾ ਵੀ ਸਤਿਕਾਰ ਕਰਨਾ ਹੈ, ਕਿਉਂਕਿ ਉਹਦੇ ਉੱਪਰ ਸ਼ਸਤਰ ਵੀ ਲੱਗਾ ਹੋਇਆ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿੱਤੇ ਸ਼ਸਤਰ ਨਾਮ ਨਮਸਕਾਰ ਤਾਮ, ਉਹਨਾਂ ਨੂੰ ਸਾਡੀ ਕਹਿੰਦੇ ਨਮਸਕਾਰ ਹੈ, ਸਿੱਖ ਨੇ ਕਿਸੇ ਦੇ ਅੱਗੇ ਨਹੀਂ ਝੁਕਣਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਤ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਅਤੇ ਸਾਧ ਸੰਗਤ ਜੀ, ਜੇ ਅਸੀਂ ਸ਼ਸਤਰਾਂ ਨਾਲੋਂ ਆਪਣਾ ਨਾਤਾ ਤੋੜਦੇ ਹਾਂ, ਬਥੇਰੇ ਲੋਕ ਚਾਹੁੰਦੇ ਨੇ, ਸਾਨੂੰ ਕੋਈ ਨਹੀਂ ਰੋਕਦਾ, ਜੇ ਅਸੀਂ ਕੇਵਲ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਏ, ਕੇਵਲ ਅਸੀਂ ਮਾਲਾ ਫੇਰੀ ਜਾਈਏ ਤਾਂ ਸਾਨੂੰ ਕੋਈ ਰੋਕ ਟੋਕ ਨਹੀਂ।
जे असीं आवाज अपनी ना बुलंद करिए शस्त्र ना उठाइए तो सानू केड़ा किसे दी रोक टोक है। ठीक है अगले दे अधीन होके असीं जी जाइए तो सानू कोई कुछ नहीं कहेगा, पर शस्त्र नालों सानू तोड़न दीआं चालां चलियां जा रही हैं। सानू केवल भगत बनाया जा रहा है, केवल संत बनाया जा रहा है, पर सतगुरु सच्चे पातशाह जी ने सानू संत भी बनाया ते सिपाही भी बनाया। ठीक है संत बुणा नहीं छड़ना असीं, पर सिपाही बुणा भी नहीं छड़ना, क्योंकि साध संगत जी सतगुरु सच्चे पातशाह जी महाराज जी कहिंदे ने बिना शस्त्र के संग नरंग भेड जानो गह कान ताको कहां लै सिधानो। कहिंदे शस्त्र तो बिना ते केसां तो बिना ते सिख इस तरह है जिस तरह भेड़ हुंदी है, भेड़ नूं कन्नों फड़ो ते जिथे मर्जी लै जाओ, शेर नूं कन्नों फड़ के किते लजाया जा सकदा है? कोई नहीं लजा सकदा। सो साध संगत जी सतगुरु सच्चे पातशाह जी महाराज जी ने सानू ये निशान साहब जिहड़ा बख्शिश किया शस्त्र लगा होया है जिहड़ा सानू ये प्रतीक दसदा है जिहड़ा सानू ये याद करवाउंदा कि गुरु क्या सिखा है किते शस्त्र दा विसा ना खाई, इहनू हमेशा कोल रखी ते तैयार पर तैयार रही, क्योंकि साध संगत जी इतिहास वेखीए आपां दिल्ली दे विच बहुता ज़्यादा नुकसान होया पर उहदा एक वड्डा कारण सी कि साडे कोल शस्त्र नहीं सी कोल, घर दे विच तां कोई डांग भी नहीं सी, कोई कृपान नहीं सी, कोई शस्त्र नहीं सी, क्योंकि केवल असी अपने आप नूं इह समझ लिया कि ठीक है गुरुद्वारा साहब गए पाठ किया नमस्कार की अरदास कराई देख लई लंगर छकिया ते घरां नूं आ गए, शस्त्र बारे चेता भुला दिता, शस्त्रां नूं जंग लग गया। एक साची सोची समझी जिहड़ी साध संगत दी स्कीम चल रही है कि अज राज करेगा खालसा आकी रहे न कोई, इहदे भी अर्थ कढे होर ही तरह कढे जा रहे हैं। कहिंदे जी खालसे ने अंदर दा राज करना काम प्रोलो मोहंकार नूं मारना, इह तां साध संगत जी राज करना ही करना, गुरु नानक साहब जी ने कृपा कर दित्ती मन जीतै जग जीत, पर साध संगत जी सतगुरु सच्चे पातशाह जी ने प्रतख तौर पर कह दिता खालसा सोए जो चढ़े तुरंग खालसा सोए करै नित जंग मुख ते हर चित मैं युद्ध विचारै। सतगुरु सच्चे पातशाह ने कहा ना सानू अज दूर किया जा रहा शस्त्र नालों साढ़े निशान साहब नालों, तो अज साध संगत जी कहिंदे है कहिंदे जी अज ही सेवा होई है साध साहब विखे निशान साहब जी की, शंका साढ़े मन के विरोधियों वालों पाई जाती है जेड़े सानू तोड़ना चाहते निशान साहब की प्रतीक नालों निशान साहब की शक्ति नालों, जेड़े साढ़े निशान साहब नूं झुलदा होया चंगा नहीं समझना चाहते वो शंका पा देंगे है। हरिमंदर साहब बारे भी पाते जी तुसीं दुध दे नाल इशनान कराउंदे हरिमंदर साहब का ते निशान साहब का दुध दे नाल इशनान कराया जाता, इहदा की कारण है? साध संगत जी सतगुरु सच्चे पातशाह जी नूं सिख इन्ना प्यार करता है, 747 अंग दे उपर एक शब्द है गुरु रामदास साहब जी का कोई आण मिलावै मेरा प्रीतम प्यारा हों तिस पया विचाई, कहिंदे दर्शन हर देखण कै ताई कृपा करे ते सतगुरु मिले हर हर नाम त्याई। उहदे विच सतगुरु सच्चे पातशाह जी कहिंदे ने तन मन काट काट सब अर्पी विच अग्नि आप जलाई, तो फिर होर भी बहुत सारा उस शब्द बड़ा लम्मा शब्द है पढ़ के वेखियो कहिंदे गुरु दी ते सिख दी प्रीति किवें दी होनी चाहीदी है, सिख गुरु वास्ते किन्ना कु कुछ करन लई तैयार है, सिख जिहड़ा कहिंदा मेरा निके निके टुकड़े करके अग दे विच मैं पा देवां पर मैनूं गुरु साहिब जी दे दर्शन हो जाने चाहीदे है। साध संगत जी इस निशान साहब नूं धराउण वास्ते जिस तरह भाई साहब जी ने दस्सिया ना कि जिहड़ा हफ्ता है बड़ा महत्वपूर्ण है जिहदे विच छोटे साहिबजादिआं दी शहीदी हुंदी वड्डे साहिबजादिआं दी शहीदी हुंदी है, सतगुरु सच्चे पातशाह दे वड्डे जरनैल भाई उदय सिंह साहब जी भाई आलम सिंह साहब जी बाबा जीवन सिंह साहब जी सरसा नदी दे शहीद हुंदे है भाई धर्म सिंह साहब जी, सो इस तरह दे नाल साध संगत जी उन्हां सिखां ने अपना लहू डोल करके गुरु के लाला ने अपना लहू डोल करके इस निशान साहब नूं उच्चा रखिया है। कि जदों वो लड़न जाते ने पंज सिंह गढ़ी दे विचों निकल के नाल निशान साहब हुंदा है, ते साध संगत जी हरिमंदर साहब दे बारे भाई अजमेर सिंह जी ने बड़ा वधिया उन्हां दी एक दो इंटरव्यू आईआं है यूट्यूब दे उत्तर वेख सकते हैं, उन्होंने कोट किया है प्रोफेसर पूर्ण सिंह नूं
ਉਹਨਾਂ ਨੇ ਹਰਿਮੰਦਰ ਸਾਹਿਬ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਹੈ, ਬਹੁਤ ਹੀ ਪਿਆਰਾ ਲਿਖਿਆ ਹੈ। ਜੇ ਕਿਸੇ ਨੂੰ ਕਿਤਾਬ ਚਾਹੀਦੀ ਹੋਵੇ ਮੈਂ ਦੇ ਸਕਦਾ ਹੈ। ਉਹਦੇ ਵਿੱਚ ਉਹ ਲਿਖਦੇ ਕਹਿੰਦੇ, ਗੁਰੂ ਕਾ ਸਿੱਖਾ ਜਦੋਂ ਹਰਿਮੰਦਰ ਸਾਹਿਬ ਜਾਣਾ ਬੜੇ ਧਿਆਨ ਨਾਲ ਜਾਈ, ਕਿਉਂਕਿ ਜਦੋਂ ਤੂੰ ਪਰਿਕਰਮਾ ਦੇ ਵਿੱਚ ਪੈਰ ਰੱਖੇਗਾ ਤੇ ਉਸ ਪਰਿਕਰਮਾ ਦੇ ਵਿੱਚ ਕੇਵਲ ਸੰਗਮਰਮਰ ਨੂੰ ਨਾ ਵੇਖੀ, ਉੱਥੇ ਪਤਾ ਹੀ ਨਹੀਂ ਕਿੰਨਿਆਂ ਸੂਰਬੀਰਾਂ ਦੇ ਸਿਰ ਲੱਗੇ ਹੋਏ ਆ, ਜਿੰਨਿਆਂ ਕਦਮਾਂ ਦੇ ਉੱਪਰ। ਸੋ ਹਰਿਮੰਦਰ ਸਾਹਿਬ ਦੇ ਉੱਪਰ ਤੋਂ ਸੰਗਮਰਮਰ ਦੇ ਉੱਪਰ ਪੈਰ ਰੱਖੇਗਾ, ਜਿੱਥੇ ਵੀ ਪੈਰ ਰੱਖੇਗਾ ਉੱਥੇ ਪਤਾ ਨਹੀਂ ਸੈਂਕੜਿਆਂ ਦੀ ਤਾਦਾਦ ਵਿੱਚ ਗੁਰੂ ਕੇ ਸਿੱਖਾਂ ਦੇ ਜਿਹੜੇ ਸੀਸ ਲੱਗੇ ਹੋਏ ਆ, ਧਿਆਨ ਨਾਲ ਪੈਰ ਰੱਖੀ। ਸਾਧ ਸੰਗਤ ਦੀ ਇੰਚ ਜਗ੍ਹਾ ਜਿਹੜੀ ਹਰਿਮੰਦਰ ਸਾਹਿਬ ਜੀ ਦੀ ਹੈ, ਉਹ ਗੁਰੂ ਕੇ ਸਿੱਖਾਂ ਨੇ ਖੂਨ ਨਾਲ ਧੋਤੀ ਹੋਈ ਹੈ ਅਤੇ ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਦੇ ਵੀ ਗੁਰੂ ਕੇ ਸਿੱਖਾਂ ਨੇ ਸੋ ਲਹਿਰਾਂ ਚਲਾ ਦਿੱਤੀਆਂ ਖੂਨ ਦੀਆਂ। ਇਹ ਤਾਂ ਅੱਜ ਨਿਸ਼ਾਨ ਸਾਹਿਬ ਜਿਹੜਾ ਸਾਧ ਸੰਗਤ ਜੀ ਅਸੀਂ ਚਲਾਉਂਦੇ ਹਾਂ, ਇਹਦਾ ਜਿਹੜਾ ਚੋੜੇ ਦਾ ਰੰਗ ਕਿਹੜਾ ਹੁੰਦਾ ਹੈ, ਕੇਸਰੀ ਰੰਗ ਹੁੰਦਾ ਹੈ ਗੂੜਾ, ਉਹ ਸਾਨੂੰ ਯਾਦ ਦਿਵਾਉਂਦਾ ਕਿ ਗੁਰੂ ਕਾ ਸਿੱਖਾ ਜਦੋਂ ਤੂੰ ਨਿਸ਼ਾਨ ਸਾਹਿਬ ਲਾਗੇ ਆ ਕੇ ਫਤਿਹ ਬੁਲਾਉਣ ਲੱਗਾ, ਤੈਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਮੇਰੇ ਚੋਲੇ ਦਾ ਰੰਗ ਜਿਹੜਾ ਹੈ ਇਹ ਕਿਉਂ ਕੇਸਰੀ ਹੋਇਆ। ਇਹ ਅਣਗਿਣਤ ਸੂਰਬੀਰ ਯੋਧਿਆਂ ਦਾ ਇਹ ਖੂਨ ਦਾ ਰੰਗ ਹੈ, ਇਹਨੂੰ ਕੇਵਲ ਕੱਪੜਾ ਨਾ ਸਮਝੀ, ਇਹ ਉਹਨਾਂ ਸੂਰਬੀਰ ਯੋਧਿਆਂ ਦੇ ਖੂਨ ਦਾ ਰੰਗ ਲੱਗਾ ਹੋਇਆ ਹੈ। ਅਤੇ ਸਾਧ ਸੰਗਤ ਜੀ ਉਸ ਖੂਨ ਨੂੰ ਮੈਂ ਹੁਣ ਬੇਨਤੀ ਕਰਦਾ, ਦੱਸੋ ਕਿ ਖੂਨ ਜ਼ਿਆਦਾ ਮਹਿੰਗਾ ਹੈ ਕਿ ਦੁੱਧ ਜ਼ਿਆਦਾ ਮਹਿੰਗਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਦਾ ਇਹ ਨਿਸ਼ਚਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਮੈਂ ਤਾਂ ਗੁਰੂ ਕਾ ਸਿੱਖ ਕਹਿੰਦਾ, ਮੈਂ ਤਾਂ ਸਤਿਗੁਰੂ ਜੀ ਆਪ ਜੀ ਦਾ ਹੁਕਮ ਮੰਨਣਾ ਹੈ, ਮੇਰਾ ਤਨ ਵੀ ਲੈ ਲਓ, ਧਨ ਵੀ ਲੈ ਲਓ, ਮਨ ਵੀ ਲੈ ਲਓ, ਸਾਰਾ ਕੁਝ ਹੀ ਨਿਸ਼ਾਵਰ ਕਰ ਦਿੰਦਾ ਗੁਰੂ ਕਾ ਸਿੱਖ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ 'ਤੇ ਫਿਰ ਹੀ ਪ੍ਰਵਾਨ ਹੁੰਦਾ ਜਦੋਂ ਕਹਿੰਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸਵੱਟੀ ਲਾਈ ਹੈ ਕਿ ਜੋ ਤੋ ਪ੍ਰੇਮ ਖੇਡਣ ਕਾ ਚਾਉ। ਕਹਿੰਦੇ ਜੇ ਤੈਨੂੰ ਪ੍ਰੇਮ ਦੇ ਨਾਲ ਖੇਡਣ ਦਾ ਚਾਅ ਹੈ ਨਾ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਸਾਧ ਸੰਗਤ ਜੀ, ਜਿਹੜੇ ਆਪਾਂ ਅੱਜ ਪੜ੍ਹੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਪ੍ਰੇਮ ਕੀ ਉਹ ਕਿਨ ਹੀ ਪ੍ਰਭ ਪਾਇਓ। ਪਰ ਪ੍ਰੇਮ ਦੀ ਕਸਵੱਟੀ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸੀਸ ਤਲੀ ਤੇ ਧਰ ਕੇ ਆ ਜਾ, ਸਿਰ ਦੀਜਾ ਕਾਣ ਨਾ ਕੀਜਾ। ਸੋ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਨਿਸ਼ਾਨ ਸਾਹਿਬ ਬਖਸ਼ਿਸ਼ ਕਰਨਾ ਕੀਤਾ ਹੈ। ਅਤੇ ਸਾਧ ਸੰਗਤ ਜੀ ਲੋਕਾਂ ਦੇ ਮਗਰ ਲੱਗ ਕਰਕੇ ਅਸੀਂ ਇਹ ਨਾ ਸੋਚਿਆ ਕਰੀਏ ਕਿ ਇੱਥੇ ਦੁੱਧ ਕਿਉਂ ਜੋ ਹੈ ਇੱਥੇ ਦੁੱਧ ਕਿਉਂ ਡੋਲਿਆ ਜਾਂਦਾ ਹੈ ਕਿਸੇ ਗਰੀਬ ਨੂੰ। ਅਤੇ ਸਾਧ ਸੰਗਤ ਜੀ ਮੈਂ ਨਹੀਂ ਕਦੀ ਵੇਖਿਆ ਕਿ ਕਿਸੇ ਗੁਰੂ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਕੋਈ ਗਰੀਬ ਆਇਆ ਹੋਵੇ ਤਾਂ ਉਹਨੂੰ ਦੁੱਧ ਨਾ ਮਿਲਿਆ ਹੋਵੇ, ਜਾਂ ਉਹਨੂੰ ਰੋਟੀ ਨਾ ਮਿਲੀ ਹੋਵੇ, ਜਾਂ ਉਹਨੂੰ ਕੁਝ ਹੋਰ ਨਾ ਮਿਲਿਆ ਹੋਵੇ। ਪਰ ਸਾਧ ਸੰਗਤ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਦੇ ਬਾਰੇ ਪੋਜ਼ਿਟਿਵ ਥਿੰਕਿੰਗ ਰੱਖ ਕੇ ਕੁਝ ਸੋਚਿਆ ਕਰੀਏ ਕਿ ਜੇ ਇਹ ਗੁਰੂ ਕੇ ਸਿੱਖਾਂ ਨੇ ਸ਼ੁਰੂ ਕੀਤਾ, ਜੇ ਇਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕਰਨਾ ਕੀਤਾ, ਤਾਂ ਇਹਦਾ ਪੋਜ਼ਿਟਿਵ ਪੱਖ ਕਿਹੜਾ ਹੋ ਸਕਦਾ ਹੈ। ਉਹ ਕਾਮਰੇਡ ਬੰਦੇ ਐਸੇ ਨੇ ਜਿਹੜੇ ਸਾਡੇ ਕੰਨ 'ਚ ਮਾੜਾ ਜਿਹਾ ਫੂਕ ਮਾਰ ਦਿੰਦੇ ਆ, ਕਿਉਂਕਿ ਹੁਣ ਤਾਂ ਸਿੱਖੀ ਭੇਸ ਜੀ ਆ ਗਏ ਨਾ, ਉਹ ਮਾੜਾ ਜਿਹਾ ਕੰਨ ਜਾ ਕੇ ਫੂਕ ਮਾਰ ਦਿੰਦੇ, ਇਹ ਤਾਂ ਮਨ ਮਤ ਅਸੀਂ ਮੰਨਣ ਲਈ ਤਿਆਰ ਹੋ ਜਾਂਦੇ ਹਾਂ। ਨਹੀਂ ਸਾਧ ਸੰਗਤ ਜੀ, ਗੁਰੂ ਕੇ ਸਿੱਖ ਦਾ ਨਿਸ਼ਚਾ ਤਾਂ ਐਸਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀਹਲ ਮੇਰੀ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਸ਼ਚਾ ਨਹੀਂ ਡੋਲਦਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਓਟ, ਸਾਨੂੰ ਆਪਣੀ ਓਟ ਬਖਸ਼ਿਸ਼ ਕਰੋ ਕਿ ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਅਸੀਂ ਗਿਰੀਏ ਆਪਣੇ ਸਿਧਾਂਤਾਂ ਤੋਂ, ਤੁਹਾਡੇ ਸਿਧਾਂਤਾਂ ਤੋਂ। ਸੋ ਸਾਧ ਸੰਗਤ ਜੀ ਜੇ ਅਸੀਂ ਸੋ ਵਿਆਖਿਆ ਕਰੀਏ ਨਿਸ਼ਾਨ ਸਾਹਿਬ ਜੀ ਦੀ, ਉਹ ਵੀ ਸਾਨੂੰ ਇਕੱਲੀ ਇਕੱਲੀ ਚੀਜ਼ ਜਿਹੜੀ ਸਾਧ ਸੰਗਤ ਜੀ ਸਾਨੂੰ ਇਹ ਦੱਸਦੀ ਹੈ, ਜਿਹੜਾ ਥੜਾ ਹੈ ਥੜਾ ਨਿਆਰਾਪਨ ਦੱਸਦਾ ਹੈ ਖਾਲਸੇ ਦਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਥੜੇ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਚਲਾਇਆ ਜਾਂਦਾ। ਸਾਧ ਸੰਗਤ ਜੀ ਪਹਿਲਾਂ ਥੜਾ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ, ਅਤੇ ਜੇ ਸਿੱਖ ਨੂੰ ਕਹੀਏ ਭਾਈ ਤੇਰਾ ਵੀ ਜਿਹੜੀ ਦਸਤਾਰ ਹੈ, ਨਿਹੰਗਾ ਸਿੰਘ ਨੇ ਵੱਡੇ ਵੱਡੇ ਫੁਰਲੇ ਵਾਲੇ ਜਿਹੜੇ ਦੁਮਾਲੇ ਸਜਾਏ ਹੁੰਦੇ ਨਿਸ਼ਾਨ ਸਾਹਿਬ ਵਰਗੇ, ਅਤੇ ਪਹਿਲਾਂ ਥੜਾ ਬਣਾਉਣਾ ਜ਼ਰੂਰੀ ਹੈ। ਥੜਾ ਕੀ ਹੈ, ਜਿਹੜੇ ਸਾਡੇ ਸਾਬਤ ਸੂਰਤ ਕੇਸ਼ ਨੇ, ਜਿਹੜੀ ਸਾਡੀ ਦਸਤਾਰ ਹੈ, ਇਹ ਥੜਾ ਬਣਾਉਣਾ ਹੈ, ਇਹ ਨਿਆਰਾਪਨ ਹੈ ਸਾਡਾ, ਜਿਹਦੇ ਨਾਲ ਇਹ ਸਿੱਖ ਜਿਹੜਾ ਹੈ ਦੁਨੀਆਂ ਨਾਲੋਂ ਨਿਆਰਾ ਦਿਸਦਾ ਹੈ।
ਸੋ ਅੱਗੇ ਚੱਲੀਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਸੋ ਇੰਡੀਆ ਦੇ ਵਿੱਚ ਵੇਖਦੇ ਆਪਾਂ ਜਿਹੜਾ ਨਿਸ਼ਾਨ ਸਾਹਿਬ ਖੜਾ ਹੁੰਦਾ ਉਹਨੂੰ ਤਿੰਨ ਸੋ ਖਿੱਚਾਂ ਪਾਈਆਂ ਹੁੰਦੀਆਂ ਉਹ ਸਾਨੂੰ ਇਹ ਦੱਸਦੀਆਂ ਕਿ ਭਾਈ ਤੂੰ ਇਸ ਦੁਨੀਆ ਦੇ ਤਿੰਨ ਜਿਹੜੇ ਰਸ ਕਸ ਨੇ ਰਜੋ ਤਮੋ ਅਤੇ ਸਤੋ ਗੁਣ ਉਹਨਾਂ ਨਾਲੋਂ ਉੱਚਾ ਉੱਠਣਾ ਹੈ ਅਤੇ ਸਾਧ ਸੰਗਤ ਜੀ ਉਹਨਾਂ ਨਾਲ ਉੱਚਾ ਉੱਠ ਕਰਕੇ ਅਤੇ ਗੁਰੂ ਕੇ ਸਿੱਖ ਨੇ ਤਿੰਨਾਂ ਦੇ ਨਾਲ ਸੰਬੰਧ ਜੋੜਨਾ ਕਿਹਦੇ ਨਾਲ ਸੋ ਨਾਮ ਜਪਣਾ ਹੈ ਕਿਰਤ ਕਰਨਾ ਹੈ ਅਤੇ ਵੰਡ ਕੇ ਛਕਣਾ ਹੈ ਸੋ ਇਸੇ ਪ੍ਰਕਾਰ ਦੇ ਨਾਲ ਸਤਿ ਸੰਗਤ ਜੀ ਸੋ ਉਹ ਗੰਢਾਂ ਦਿੱਤੀਆਂ ਹੁੰਦੀਆਂ ਜਿਹੜੀਆਂ ਅਤੇ ਗੁਰੂ ਕੇ ਸਿੱਖ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਧਾਂਤਾਂ ਨੂੰ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਗੁਣ ਲੈ ਕਰਕੇ ਉਹਨਾਂ ਨੂੰ ਗੰਢਾਂ ਦੇ ਲੈਣੀਆਂ ਆਪਣੇ ਮਨ ਦੇ ਵਿੱਚ ਬਚਨ ਗੁਰੂ ਜੋ ਪੂਰੇ ਕਹੇ ਹੋ ਮੈਂ ਸ਼ੀਕ ਗਾਠਰੀ ਵਾਧਾ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਮੈਨੂੰ ਸ਼ਬਦ ਕਹਿ ਦਿੱਤਾ ਜਿਹੜਾ ਮੈਨੂੰ ਉਪਦੇਸ਼ ਦੇ ਦਿੱਤਾ ਉਹਨੂੰ ਗੰਢ ਬੰਨ ਕੇ ਅੰਦਰ ਰੱਖ ਲੈਣੀ ਹੈ ਅਤੇ ਕੱਲ੍ਹ ਨੂੰ ਜੇ ਕਿਤੇ ਲੋੜ ਪਵੇ ਕੋਈ ਮੈਨੂੰ ਆਣ ਕਰਕੇ ਗਲਤ ਉਪਦੇਸ਼ ਦੇਵੇ ਤਾਂ ਮੈਂ ਉਹਦੇ ਵਿੱਚੋਂ ਮੈਂ ਵੇਖ ਲਵਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੀ ਉਪਦੇਸ਼ ਹੈ ਮੈਂ ਡੋਲਾ ਨਾ ਸੋ ਇਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਫੁਰਲਾ ਜਿਹੜਾ ਹੈ ਉਹ ਹਿਰਦਾ ਰਹਿੰਦਾ ਹੈ ਉਹ ਸਿੱਖ ਨੂੰ ਸਾਧ ਸੰਗਤ ਜੀ ਇਹ ਸੁਨੇਹਾ ਦਿੰਦਾ ਹੈ ਜਿੱਥੇ ਦੂਸਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਜਿੱਥੇ ਇਹ ਸੁਨੇਹਾ ਦਿੰਦਾ ਹੈ ਕਿ ਭਾਈ ਇਸ ਸਥਾਨ ਦੇ ਉੱਪਰ ਤੁਹਾਨੂੰ ਸਹਾਇਤਾ ਪ੍ਰਾਪਤ ਹੋ ਸਕਦੀ ਹੈ ਉੱਥੇ ਸਾਧ ਸੰਗਤ ਜੀ ਗੁਰੂ ਕੇ ਸਿੱਖ ਨੂੰ ਸੋ ਇਹ ਸੁਨੇਹਾ ਦਿੰਦਾ ਹੈ ਕਿ ਕਿਤੇ ਆਲਸੀ ਨਾ ਹੋ ਜਾਵੀਂ ਮੇਰੇ ਵੱਲ ਵੇਖ ਮੈਂ ਸਦਾ ਹਿਰਦਾ ਰਹਿੰਦਾ ਹੈ ਗੁਰੂ ਕੇ ਸਿੱਖਾ ਤੂੰ ਵੀ ਕਿਤੇ ਆਲਸ ਦੇ ਵਿੱਚ ਬਹਿ ਨਾ ਜਾਵੀਂ ਤੂੰ ਵੀ ਕਿਤੇ ਇਹ ਨਾ ਹੋਵੇ ਕਿ ਕਿਤੇ ਤੇਰੀ ਦਸਤਾਰ ਹੀ ਨਾ ਕਈ ਕਈ ਦਿਨ ਸਜਾਈ ਜਾਵੇ ਕਿਤੇ ਇਹ ਨਾ ਹੋਵੇ ਤੂੰ ਕੰਘਾ ਹੀ ਨਾ ਕਰੇ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਦ ਹੋਈ ਦਾਤਣ ਨੀਟ ਕਰੇ ਨਾ ਸੁਖ ਪਾਵੇ ਲਾਲ ਜੀ ਕਹਿੰਦੇ ਸੁਚੇਤ ਹੋ ਜਾ ਇਹ ਸਾਧ ਸੰਗਤ ਜੀ ਸਾਨੂੰ ਇਹ ਦੱਸ ਰਿਹਾ ਹੈ ਕਿ ਕਿਵੇਂ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ ਸੁਚੇਤ ਹੋ ਕੇ ਰਹਿਣਾ ਹੈ ਅਤੇ ਸਾਧ ਸੰਗਤ ਜੀ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਇਹਨੂੰ ਨਮਸਕਾਰ ਕਰਨੀ ਸਾਡੀ ਤਾਂ ਹੀ ਬਣਦੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੱਥੇ ਨਿਸ਼ਾਨ ਬਖਸ਼ਿਸ਼ ਕਰਨਾ ਕੀਤਾ ਉੱਥੇ ਨਾਲ ਨਾਲ ਸ਼ਸਤਰ ਬਖਸ਼ਿਆ ਸਾਨੂੰ ਉਸੇ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸੂਰਬੀਰ ਯੋਧਿਆਂ ਨੇ ਸਾਧ ਸੰਗਤ ਦੀ ਬੇਅੰਤ ਕੁਰਬਾਨੀਆਂ ਕੀਤੀਆਂ ਬੇਅੰਤ ਨੇ ਆਪਣੇ ਆਪ ਨੂੰ ਵਾਰਿਆ ਹੈ ਇਹਨੂੰ ਇਵੇਂ ਨਾ ਸਮਝਿਆ ਕਰੀਏ ਕਿ ਬਸ ਜੀ ਇਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਪਰ ਸਾਧ ਸੰਗਤ ਦੀ ਜਿਸ ਤਰ੍ਹਾਂ ਦੂਸਰੀਆਂ ਕੌਮਾਂ ਦੇ ਨਿਸ਼ਾਨ ਨੇ ਉਹਨਾਂ ਨਾਲੋਂ ਸਾਧ ਸੰਗਤ ਜੀ ਉਸ ਇਸ ਨਿਸ਼ਾਨ ਸਾਹਿਬ ਦੀ ਵਿਲੱਖਣਤਾ ਹੈ ਇਸ ਨਿਸ਼ਾਨ ਸਾਹਿਬ ਦੀ ਸਾਧ ਸੰਗਤ ਦੀ ਬਹੁਤ ਦੂਰ ਅੰਦੇਸ਼ੀ ਸਤਿਗੁਰੂ ਸੱਚੇ ਪਾਤਸ਼ਾਹ ਇਨਸਾਨ ਨੂੰ ਬਖਸ਼ਿਸ਼ ਕਰਨਾ ਕੀਤੀ ਹੈ ਸੋ ਚਾਰ ਸਾਹਿਬਜ਼ਾਦਿਆਂ ਵੀ ਖੂਨ ਡੋਲਿਆ ਹੋਰ ਵੀ ਗੁਰਸਿੱਖ ਯੋਧਿਆਂ ਨੇ ਖੂਨ ਡੋਲ ਕਰਕੇ ਇਹਨੂੰ ਉੱਚਾ ਸੁੱਚਾ ਬਣਾਇਆ ਹੈ ਸਾਡਾ ਵੀ ਸਾਧ ਸੰਗਤ ਦੀ ਫਰਜ਼ ਬਣਦਾ ਹੈ ਕਿ ਉਸ ਨਿਸ਼ਾਨ ਸਾਹਿਬ ਨੂੰ ਉੱਚਾ ਸੁੱਚਾ ਰੱਖਣਾ ਕਰੀਏ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕਰੀਏ ਤਾਣ ਲਾਈਏ ਪੰਥ ਦੇ ਲਈ ਸੋ ਕੰਮ ਕਰੀਏ ਜਿਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਉਸ ਉਹਨਾਂ ਬੰਦੀ ਸਿੰਘਾਂ ਨੂੰ ਜ਼ਰੂਰ ਛੱਡਿਆ ਜਾਵੇ ਜਿਹੜੇ ਆਪਣੀ ਸਜ਼ਾ ਵੀ ਭੁਗਤ ਚੁੱਕੇ ਨੇ ਅਤੇ ਸਾਧ ਸੰਗਤ ਜੀ ਜੇ ਉਹਨਾਂ ਦੀ ਸਜ਼ਾ ਵੱਲ ਵੇਖਿਆ ਜਾਵੇ ਅਤੇ ਸਜ਼ਾ ਕਿਹੜੀ ਸਹੀ ਮਾਇਨੇ ਵਿੱਚ ਦਿੱਤੀ ਹੈ ਉਹ ਵੀ ਸਾਧ ਸੰਗਤ ਜੀ ਨਕਲੀ ਅਤੇ ਗਲਤ ਸਜ਼ਾਵਾਂ ਬਣਾ ਕਰਕੇ ਗਲਤ ਉਹਨਾਂ 'ਤੇ ਕੇਸ ਪਾ ਕਰਕੇ ਜਿਸ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਤਾਂ ਆਪਾਂ ਜਾਣਦੇ ਹਾਂ ਦੂਸਰਿਆਂ ਸਿੰਘਾਂ 'ਤੇ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਦੇ ਨਾਲ ਝੂਠੇ ਮੁਕਾਬਲੇ ਬਣਾ ਕਰਕੇ ਜਿਸ ਤਰ੍ਹਾਂ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਐਸੇ ਲੋਕ ਜਿਹੜੇ ਨੇ ਹੈਰਾਨਗੀ ਦੀ ਗੱਲ ਹੈ ਸਾਧ ਸੰਗਤ ਜੀ ਜਿਹੜੇ ਐਸੇ ਲੋਕ ਨੇ ਜਿਨ੍ਹਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਉਹ ਲੋਕ ਜਿਹੜੇ ਖੁੱਲ੍ਹੇ ਫਿਰ ਰਹੇ ਆ ਅਤੇ ਜਿਹੜੇ ਨਿਰਦੋਸ਼ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਜਿਹੜੇ ਜੇਲ੍ਹਾਂ ਵਿੱਚ ਹੋਣੇ ਚਾਹੀਦੇ ਸਨ ਉਹ ਤਾਂ ਕੁਰਸੀਆਂ ਦਾ ਆਨੰਦ ਮਾਣ ਰਹੇ ਆ ਉਹ ਤਾਂ ਮੰਤਰੀ ਬਣੇ ਹੋਏ ਆ ਪਰ ਜਿਹੜੇ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਸੋ ਕੁਝ ਵੀ ਨਹੀਂ ਕੀਤਾ ਆਪਣੇ ਫਰਜ਼ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤਾਂ ਵਾਸਤੇ ਲੜਾਈ ਕੀਤੀ ਉਹਨਾਂ ਨੂੰ ਸਾਧ ਸੰਗਤ ਜੀ ਅੰਦਰ ਡੱਕਿਆ ਹੋਇਆ ਹੈ
ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ, ਪੰਥ ਦੇ ਵਿੱਚ ਏਕਤਾ ਹੋਵੇ। ਸਾਨੂੰ ਸਾਰਿਆਂ ਨੂੰ ਸਾਧ ਸੰਗਤੀ ਹੁੰਬਲਾ ਮਾਰਨਾ ਚਾਹੀਦਾ ਹੈ ਅਤੇ ਅੱਜ ਸਾਨੂੰ ਸਾਰਿਆਂ ਨੂੰ ਸੋ ਸਾਧਸੰਗ ਦੀ ਗੁਰੂ ਕੀ ਬਾਣੀ ਦੇ ਉੱਪਰ ਪੂਰਨ ਨਿਸ਼ਚਾ ਰੱਖ ਕਰਕੇ, ਇਹ ਨਹੀਂ ਕਿ ਕੋਈ ਆਉਣ ਕਰਕੇ ਸਾਨੂੰ ਦੋ ਕੁ ਮਿੰਟ ਲਈ ਕੋਈ ਗੱਲ ਕਹੇ ਤਾਂ ਅਸੀਂ ਉਸੇ ਵੇਲੇ ਉਹਦੇ ਪਿੱਛੇ ਲੱਗ ਜਾਈਏ। ਨਹੀਂ, ਸਾਧਸੰਗ ਦੀ ਖੋਜ ਕਰੀਏ, ਉਸਦਾ ਪੋਜ਼ਿਟਿਵ ਪੱਖ ਲੈ ਕਰਕੇ ਵੇਖੀਏ ਅਤੇ ਸਾਧਸੰਗ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਤਾਂ ਸੀਸ ਤਲੀ 'ਤੇ ਰੱਖ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਆਉਂਦੇ ਨੇ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵ ਹੈ ਉਹ ਸਾਧਸੰਗ ਦੀ ਸਪਿਰਟ ਜਿਹੜੀ ਉਹ ਸਾਡੀ ਖਤਮ ਕੀਤੀ ਜਾ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੇਵਲ ਗਿਆਨ ਦਾ ਸੋਮਾ ਦੱਸਿਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇਵਲ ਗਿਆਨ ਦਾ ਸੋਮਾ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵਨ ਦਾਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ, ਆਪ ਜੀ ਦੇ ਚਰਣਾਂ ਵਿੱਚ ਵਿਚਾਰਾਂ ਰੱਖੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੋਲਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਰਥ ਪ੍ਰਦਾਨ ਕਰਨੀ ਜੀ। ਅਤੇ ਮੈਂ ਇੱਕ ਧਾਰਨਾ ਛੋਟੀ ਜੀ ਲਾਵਾਂਗਾ ਕਿ ਮੈਂ ਆਸ ਕਰਦਾ ਕਿ ਸਾਰੀਆਂ ਸੰਗਤਾਂ ਜ਼ਰੂਰ ਮਗਰ ਬੋਲੋਗੇ। ਚੂਲ ਤੇ ਨਿਸ਼ਾਨ ਰਹੇ ਪੰਚ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਚ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਚ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਸਮੁੱਚੀਆਂ ਸੰਗਤਾਂ ਦਾ। ਗੱਜ ਕੇ ਫਤਿਹ ਬੁਲਾਵ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।